अच्छा ਉੱਥੇ ਇੱਕ ਸਿੱਖ ਕਹਿ ਗਿਆ ਤੁਸੀਂ ਬੀਬੀ ਇੱਥੇ ਬੈਠੋ ਮੈਂ ਤੁਹਾਨੂੰ ਰੋਟੀ ਲਿਆ ਕੇ ਦਿੰਦਾ ਤੇ ਫਲਾਣੀ ਗੱਲ ਟਿੰਗਲੀ ਉਹ ਕੁੜੀ ਦੋਸਤੋ ਜ਼ਿੰਦਗੀ ਇਨਸਾਨ ਉੱਤੇ ਆਹਿਸਤਾ ਆਹਿਸਤਾ ਆਪਣੀਆਂ ਰਮਜ਼ਾਂ ਖੋਲਦੀ ਹੈ। ਕਿਸੇ ਹੋਰ ਪਾਸੇ ਨੂੰ ਸਫ਼ਰ ਕਰਦਿਆਂ ਹੋਇਆਂ ਬਾਜ਼ੇ ਵੇਲੇ ਸਾਨੂੰ ਨਵਿਆਂ ਪੜਾਵਾਂ ਵੱਲ ਲੈ ਕੇ ਤੁਰ ਪੈਂਦੀ ਹੈ। ਚੱਕ ਨੰਬਰ 106 ML ਜ਼ਿਲ੍ਹਾ ਲਈਆ ਵਿੱਚ ਆਪਣੇ ਉਸਤਾਦ ਰਾਣਾ ਮੁਹੰਮਦ ਅਕਰਮ ਦੇ ਘਰ ਵੱਲ ਜਾਂਦਿਆਂ ਸੜਕ ਕਿਨਾਰੇ ਹੁੱਕਾ ਲੈ ਕੇ ਬੈਠੇ ਮਿਸਤਰੀ ਅਬਦੁਲ ਰਸ਼ੀਦ ਨਾਲ ਮੁਲਾਕਾਤ ਵੀ ਇੰਜ ਦਾ ਹੀ ਇੱਕ ਪੜਾਅ ਹੈ। ਆਪਣੀ ਕਿਸੇ ਪਰੇਸ਼ਾਨੀ ਵਿੱਚ ਡੁੱਬਿਆ ਹੋਇਆ ਅਬਦੁਲ ਰਸ਼ੀਦ ਜਦੋਂ ਸਾਡੇ ਨਾਲ ਗੱਲ ਕਰਨ ਲੱਗਦਾ ਹੈ, ਆਪਣੇ ਦੇਸ਼ ਦੀਆਂ ਫਜ਼ਾਵਾਂ ਵਿੱਚ ਆ ਜਾਂਦਾ ਹੈ ਤਾਂ ਉਸ ਨੂੰ ਸਾਰੀ ਪਰੇਸ਼ਾਨੀ ਭੁੱਲ ਜਾਂਦੀ ਹੈ ਅਤੇ ਉਹ ਆਪਣੀ ਦੋ ਭੈਣਾਂ ਔਰ ਮਾਂ ਦੇ ਬੇਸਰੋ ਸਾਮਾਨੀ ਦੇ ਕਿੱਸੇ ਨੂੰ ਸਾਡੇ ਨਾਲ ਸਾਂਝਿਆਂ ਕਰਨ ਲੱਗ ਪੈਂਦਾ ਹੈ। ਆਓ ਉਸ ਤੋਂ ਇਹ ਕਿੱਸਾ ਸੁਣਦੇ ਹਾਂ। ਇਹ ਕਿੱਥੋਂ ਵਾਲੇ ਆਉਂਦਾ ਹੁੱਕਾ? ਇੱਥੋਂ ਦਾ? ਆਹੋ, ਇੱਥੇ ਦਾ ਇਹਦਾ ਥਲ ਦਾ ਜੀ। ਥਲ ਦਾ? ਤੁਸੀਂ ਕਿੱਥੋਂ ਦੇ ਆ? ਇੰਡੀਆ ਤੋਂ ਉੱਠ ਕੇ ਸ਼ਾਹੀਵਾਲ ਆ ਗਏ। ਇੰਡੀਆ ਤੋਂ? ਇੰਡੀਆ 'ਚ ਕਿਹੜੀ ਜਗ੍ਹਾ ਰਹਿੰਦੇ ਸੀ? ਸਿੱਖ ਪਿੰਡ ਦਾ ਨਾਂ ਨਹੀਂ ਸੀ ਲੈਂਦੇ। ਕਿਉਂ? ਉਹਦਾ ਨਾਂ ਉਹਨਾਂ ਹੋਰ ਹੀ ਕੁਛ ਰੱਖਿਆ ਸੀ। ਪਿੰਡ ਦਾ ਨਾਂ ਸੀਗਾ ਕਲਮਾ। ਕਲਮਾ? ਆਹੋ। ਅਤੇ ਉਹ ਜਿਹੜੇ ਪਿੱਛੇ ਇੱਧਰ ਸ਼ੇਖੂਪੁਰ ਵੱਲ ਹੈ ਸਾਡੇ ਪਿੰਡ ਦੇ ਸੀ ਗੁੱਜਰ। ਅੱਛਾ। ਉੱਥੇ ਰਹਿੰਦੇ ਸੀ ਇਕੱਠੇ। ਹਾਂ। ਅਤੇ ਉਹ ਇਹ ਸਾਰੇ ਸਿਆਣਿਆਂ ਕੋਲੋਂ ਸੁਣੀ ਆ ਗੱਲ। ਹਾਂ। ਵੀ ਉਹ ਕਲਮੇ ਦਾ ਤਾਂ ਨਾਂ ਨਹੀਂ ਸੀ ਨਾ ਲੈਂਦੇ ਸਿੱਖ। ਫਿਰ? ਅਤੇ ਉਹਨਾਂ ਰੱਖਿਆ ਸੀ ਕੋਈ ਹੋਰ ਨਾਂ, ਅਤੇ ਅਸਲ ਨਾਂ ਇਹ ਸੀ ਕਲਮਾ। ਛੋਟੀਆਂ ਕਲਮਾਂ, ਵੱਡੀਆਂ ਕੋਲ ਦੋ ਜਗ੍ਹਾ ਹੋਣਗੀਆਂ। ਸਾਡੇ ਜੀਆਂ ਜੋ ਵਡੇਰੇ ਜਿਹੜੇ ਸੀ ਨਾ, ਉਹ ਵਿਚਾਰਾ ਉਹਨੂੰ ਆਖਣਾ ਕਿ ਤੂੰ ਨਾ ਉਹ ਮਜ਼ਹਬ ਬਦਲ ਲਈਏ, ਫਿਰ ਸਿੱਖ ਹਿੰਦੂ ਬਣ ਕੇ ਨਾ ਜਾਨ ਬਚਾਈਏ। ਅੱਛਾ। ਉਹ ਕਹਿੰਦਾ ਵੀ ਮੈਂ ਇਹ ਕੰਮ ਨਹੀਂ ਕਰਨਾ। ਤੁਹਾਡਾ ਤੁਹਾਡੇ ਅੱਬੇ ਦੀ ਗੱਲ ਹੈ ਕਿ ਦਾਦੇ ਦੀ? ਦਾਦੇ ਦੀ। ਅੱਛਾ। ਉਹਨੂੰ ਕਹਿੰਦੇ ਵੀ ਤੂੰ ਸਾਨੂੰ ਰਹਿ ਪਿਆ ਇੱਥੇ, ਤੂੰ ਨਾ ਇਹ ਅਸੀਂ ਬਣ ਜਾਈਏ ਹਿੰਦੂ ਜਾਂ ਸਿੱਖ। ਅੱਛਾ। ਭਈ ਜਾਨ ਬਚਾਈਏ। ਉਹ ਕਹਿੰਦਾ ਵੀ ਮੁਸਲਮਾਨ ਹੋ ਜਾਂਦਾ ਸਿੱਖਾਂ ਤੋਂ, ਇਸਾਈਆਂ ਤੋਂ, ਸਭ ਕੁਛ ਮੁਸਲਮਾਨ ਤੋਂ ਥੱਲੇ ਨੂੰ ਆਣ ਰਿਹਾ ਨਾ, ਉਹ ਬੇਵਕੂਫ। ਅੱਛਾ। ਮੈਨੂੰ ਜਾਣ ਦੀ ਕੋਈ ਲੋੜ ਨਹੀਂ। ਅੱਛਾ। ਵਿਚਾਰਾ ਅੱਲਾ ਜਾਣੇ ਫਿਰ ਮਾਰ ਦਿੱਤਾ ਉਹਨਾਂ ਨੇ ਕੰਪਾਂ ਚ। ਉਹ ਕੰਪਾਂ ਚ ਲਾਹੌਰ ਕਹਿੰਦੇ ਆ ਗਿਆ। ਅੱਛਾ। ਆਪਣੀ ਆਈ ਨਾ ਮਾਰ ਗਿਆ। ਅੱਛਾ। ਆਈ ਨਾ ਮਰਿਆ? ਬਡੇਰੀ ਵੀ ਤੇ ਬਡੇਰਾ ਵੀ ਤੇ ਬਾਲਕ ਤੁਹਾਡਾ, ਅੱਬਾ ਤੁਹਾਡਾ ਜਿਹੜਾ ਵਾਲਟ ਸਾਹਿਬ ਸੀ, ਉਹ ਇੱਦਾਂ ਹੋਈ। ਹਾਂ। ਨਹੀਂ ਉੱਥੋਂ ਪਤਾ ਲੱਗਾ। ਹਾਂ। ਭਈ ਮੇਰੀ ਵਾਲਡਾ ਵਿਚਾਰੀ ਦੋ ਬੱਚੀਆਂ ਸੀ। ਹਾਂ। ਮੈਂ ਸੀਗਾ। ਹਾਂ। ਉੱਥੇ ਪੇਕਿਆਂ ਆਪਣੇ ਪਿੰਡ ਨੂੰ ਗਏ। ਉੱਥੇ ਜਾਂਦੇ ਤੁਹਾਡੇ ਨਾਨਕਿਆਂ ਦੇ? ਹਾਂ। ਉਹ ਅੱਗੋਂ ਚਲਦੇ ਸੀ ਨਾਟਕ ਦੇ ਵਿੱਚ। ਹਾਂ ਹਾਂ। ਅੱਛਾ। ਉੱਥੇ ਇੱਕ ਸਿੱਖ ਕਹਿ ਗਿਆ ਤੁਸੀਂ ਬੀਬੀ ਇੱਥੇ ਬੈਠੋ ਮੈਂ ਤੁਹਾਨੂੰ ਰੋਟੀ ਲਿਆ ਕੇ ਦਿੰਦਾ ਤੇ ਫਲਾਣੀ ਗੱਲ ਟਿੰਗਲੀ। ਉਹ ਕੁੜੀ ਮੇਰੇ ਤੋਂ ਵੱਡੀ ਸੀ, ਉਹ ਕਹਿਣ ਲੱਗੀ ਅੰਮੀ ਇੱਥੋਂ ਨਿਕਲ ਚਲੀ ਗਈ, ਇਹਨੇ ਸਾਨੂੰ ਮਾਰ ਦੇਣਾ। ਹਾਂ ਹਾਂ। ਉੱਥੋਂ ਹੋਰ ਪਾਸੇ ਚਲ ਗਏ। ਹਾਂ ਹਾਂ। ਕੋਈ ਰੱਬ ਸਬੱਬ ਬਣਾਉਣ ਵਾਲਾ ਸੀ। ਹਾਂ ਹਾਂ। ਇੱਕ ਸੀਗਾ ਸਾਡਾ ਗੁਆਂਢੀ। ਹਾਂ ਹਾਂ। ਸਿੱਖ ਕਹਿ। ਅੱਛਾ। ਹਿੰਦੂ ਕੇ ਸਿੱਖ। ਹਾਂ। ਉਹਨੂੰ ਪਤਾ ਲੱਗਾ, ਉਹਨੇ ਨਾ ਲਿਆ ਕੇ ਆਪਣੀ ਪਨਾਹ 'ਚ ਬਿਠਾ ਲਿਆ। ਠੀਕ ਆ। ਉਹਨੇ ਕਿਹਾ ਜਿਹੜਾ ਇਹਨਾਂ ਨੂੰ ਮਾਰੇ ਨਾ, ਹਾਂ, ਪਹਿਲੇ ਮੇਰਿਆਂ ਨੂੰ ਮਾਰੇ, ਖਬਰਦਾਰ ਇਹਨਾਂ ਨੂੰ ਨਹੀਂ ਹੱਥ ਲਾਉਣਾ। ਅੱਛਾ। ਉਹ ਸੀਗੀਆਂ ਤੇ ਤੁਹਾਡੇ ਨਾਨਕਿਆਂ ਦੇ ਪਿੰਡ 'ਚ ਸੀਗੀਆਂ? ਨਹੀਂ ਨਹੀਂ, ਆ ਗਈਆਂ ਆ ਗਈਆਂ ਆ ਗਈਆਂ। ਅੱਛਾ। ਉਹ ਫਿਰ ਨਾ ਉਹਨੇ ਸਾਨੂੰ ਕੋਈ ਪਨਾਹ ਦਿੱਤੀ। ਅੱਛਾ। ਪਿੰਡ ਦਾ ਹੀ ਸੀ ਉਹ? ਹੋਰ, ਉਹ ਗੁਆਂਢੀ ਸੀਗੇ। ਅੱਛਾ ਅੱਛਾ। ਉਹਨੇ ਆਖਿਆ ਬੱਚਾ ਤੁਸੀਂ ਇੱਥੇ ਬਹਿ ਜਾਓ, ਮੈਂ ਇਨਸ਼ਾਲਾ ਤੁਹਾਡਾ ਮੁਹਾਫਜ਼ ਕਰੋ ਨਾ। ਉਹਨੂੰ ਮੇਰੇ ਵਾਲਦ ਨੂੰ ਪੈਗਾਮ ਭੇਜ ਦਿੱਤਾ ਭਾਈ ਤੂੰ ਆ ਜਾ, ਤੇਰੇ ਬਾਲ ਬੱਚੇ ਇੱਥੇ ਹਫਾਜ਼ਤ 'ਚ ਬੈਠੇ ਮੇਰੇ ਕੋਲ,
ਤੂੰ ਆਪਣੇ ਘਰ ਆ ਜਾ, ਤੇਰਾ ਧੱਗਾ ਵੀ ਉਹ ਫਿਰਦਾ, ਮੱਝ ਵੀ ਉਹ ਫਿਰਦੀ, ਘਰ ਵੀ ਹੈ, ਤੂੰ ਆ ਜਾ ਵਾਪਸ। ਉਹ ਵਾਪਸ ਆ ਗਿਆ। ਫਿਰ ਕਹਿੰਦੇ ਵੀ 3 ਮਹੀਨੇ ਖਰੇ ਕਿ 4 ਮਹੀਨੇ ਨਾ ਉੱਥੇ ਉਹ ਆਪਣਾ ਕੰਮ ਕਰਦਾ ਰਿਹਾ, ਉੱਥੇ ਰਹੇ, ਆਪਣੀ ਰੋਜ਼ੀ ਕਮਾਉਂਦਾ ਰਿਹਾ। ਪਾਕਿਸਤਾਨ ਬਣਨ ਤੋਂ ਬਾਅਦ ਚ ਵੀ? ਨਹੀਂ ਨਹੀਂ, ਉਸੇ ਦੌਰਾਨ ਚ ਨਾ, ਸਿਰਫ 3 ਮਹੀਨੇ। 3 ਮਹੀਨੇ ਉੱਥੇ ਕੰਮ ਚਲਾਇਆ ਉਹਨੇ ਬਰਸਾ ਆਪਣੇ ਪਿੰਡ ਚ ਹੀ। ਉਸੇ ਹਫਾਜ਼ਤ ਦੀ ਵਜ੍ਹਾ ਨਾਲ ਨਾ ਕਿਸੇ ਨੇ ਫਿਰ ਸਾਰੇ ਕਹਿੰਦੇ ਯਾਰ ਸਾਡੇ ਵਾਲਦ ਸਾਹਿਬ ਇਹ ਇੱਕ ਢੱਕੇ ਵਾਲਾ ਕੋਹਲੂ ਦੇ ਕਾਰੀਗਰ ਸੀ। ਅੱਛਾ, ਉਹ ਕਹਿੰਦੇ ਭੈਣ ਚੋਰ ਤੇਲ ਕਿੱਥੋਂ ਇਸਤੇਮਾਲ ਕਰਨਾ, ਇਹਨੂੰ ਮਾਰੋ, ਇਹਨੂੰ ਨਾ ਮਾਰੋ। ਅੱਛਾ, ਉਹ ਕੰਮ ਸਹੀ ਨਿਜ਼ਾਮ ਚੱਲਦਾ ਰਿਹਾ। ਉਹ ਫਿਰ ਭਾਈ ਸਾਡੇ ਕੋਲੋਂ ਬੰਦੇ ਪੜ੍ਹੇ ਲਿਖੇ ਸੀਗੇ, ਉਹ ਮਿਲਟਰੀ ਗਈ ਗਈ ਆ ਬਈ ਅਸੀਂ ਆਪਣੇ ਰਿਸ਼ਤੇਦਾਰ ਲੈ ਜਾਣੇ। ਉਹਨੇ ਫਿਰ ਆਖਿਆ, ਉਹਨੇ ਕਿਹਾ ਬਾਬੂ ਆ ਸਾਰਾ ਨਿਜ਼ਾਮ ਠੀਕ ਹੈ, ਚਲੇ ਜਾਣਾ ਤੇਰਾ ਬਿਹਤਰ ਖਾਨਦਾਨ ਆਖਰਾ ਲੈਣ, ਰਮੇ ਤੈਨੂੰ ਕੋਈ ਨਹੀਂ ਛੇੜੇਗਾ। ਠੀਕ ਠੀਕ, ਅਸੀਂ ਤੈਨੂੰ ਪ੍ਰਬੰਧ ਨਹੀਂ ਕਰਦੇ ਤੇ ਤੂੰ ਹੁਣ ਲਾਜ਼ਮੀ ਰਹਿ, ਤੈਨੂੰ ਲੈਣਾ ਰਿਸ਼ਤੇਦਾਰ ਹੈ ਤੇਰੇ, ਚੱਲ ਜਾ। ਉਸੇ ਸਿੱਖ ਨੇ ਕਿਹਾ? ਉਹਨੇ ਬਈ ਬੜੀ ਨੇਕੀ ਕੀਤੀ, ਨੇਕੀ ਰੱਬ ਵੱਲੋਂ ਹੋਈ, ਰੱਬ ਸਬਾਬਣਾ, ਜ਼ਿੰਦਗੀ ਬਾਕੀ ਬਾਕੀ ਸੀ। ਮੈਂ ਤਿੰਨ, ਮੇਰੇ ਤੋਂ 3 ਬੱਚੇ ਵੱਡੇ ਮਰ ਗਏ, ਸਾਡੀ ਵਾਲਦਾ ਨੂੰ ਸੀ 18 ਦਾ ਨੁਕਸ, ਤੇ ਘਰ ਚੰਗਾ ਅਮੀਰ ਸੀ ਮੇਰੇ ਡਾਂਡੇ ਦਾ। ਅੱਛਾ, ਕਹਿਣ ਲੱਗੇ ਵੀ ਤੇਰੀ ਸ਼ਾਦੀ ਹੋਰ ਕਰ। ਉਹ ਮੇਰਾ ਆਪਾ ਕਹਿੰਦਾ ਵੀ ਗੱਲ ਯਾਰ ਇਹ ਹੁਣ ਮੇਰੀ ਬੀਵੀ ਦਾ ਗੁਨਾਹ ਤਾਂ ਨਹੀਂ ਹੈ, ਵਾਹ ਵਾਹ, ਤੇ ਬੱਚੇ ਮਰ ਜਾਂਦੇ, ਇਹਦਾ ਇਲਾਜ ਕਰਾਓ। ਸਿੱਧਕਾ ਬੰਦਾ ਸੀ, ਉਹਨੇ ਕਿਹਾ ਇਹ ਕੰਮ ਨਹੀਂ ਮੈਂ ਕਰਨਾ, ਇਹ ਅੱਲਾ ਤਾਲਾ ਆਪੇ ਸਬਬ ਕੋਈ ਲਾਓ। ਦੋ ਬੱਚੀਆਂ ਦੇ ਇੱਕ ਮੈਂ ਬੱਚਾ ਬਚ ਗਿਆ, ਫਿਰ ਜਿਹੜੇ ਪੈ ਗਏ ਪਿੱਛੇ ਇੰਡੀਆ ਸਾਰੀ ਬਰਾਦਰੀ ਨਾਲੋਂ ਨਾ ਅਮੀਰ ਤਰੀਨ ਘਰ ਮੇਰੇ ਦਾਦੇ ਦਾ। ਕੀ ਨਾਂ ਸੀ ਤੁਹਾਡੇ ਦਾਦੇ ਦਾ? ਉਮਰ ਬਖਸ਼। ਤੇ ਤੁਹਾਡੇ ਅੱਬਾ ਜੀ ਦਾ? ਬਾਲਟ ਦਾ ਨਾਂ ਸੀ ਬਾਬੂ। ਤੇ ਤੁਹਾਡਾ? ਬਾਬੂ ਖਾਨ। ਮੇਰਾ ਨਾਂ ਹੈ ਮਿਸਤਰੀ ਅਬਦਰ ਸ਼ੀ। ਮਿਸਤਰੀ ਅਬਦਰ ਸ਼ੀ, ਤੁਸੀਂ ਮਿਸਤਰੀ? ਮੈਂ ਫਿਰ ਮਜ਼ਦੂਰੀ ਵਾਲੇ ਕੰਮ ਸਿੱਖਿਆ। ਰਾਜਗੀਰੀ ਕੀਤੀ? ਨਹੀਂ ਨਹੀਂ, ਮੈਂ ਮਸ਼ੀਨਰੀ ਜਾਣਾ ਕਰ ਰਿਹਾ। ਕਿਹੜੀ ਮਸ਼ੀਨ ਦੇ? ਆ ਵੱਡੇ ਇੰਜਣ। ਤੁਹਾਡੀ ਉਮਰ 3 ਸਾਲ ਆ ਗਈ ਸੀ? 3 ਸਾਲ ਤੋਂ ਵੀ ਘੱਟ ਸੀ। ਤੇ ਫਿਰ ਉੱਥੇ ਰਸਤੇ ਦੇ ਵਿੱਚ ਫਿਰ ਬਚ ਗਏ ਹੈ ਤੁਹਾਡੇ ਜੀ? ਹੈ, ਹਾਂ ਹਾਂ, ਉਹ ਸਬਬ ਰੱਬ ਬਣਾਉਣ ਵਾਲਾ ਸੀ, ਬਚ ਗਏ। ਉੱਥੇ 3 ਮਹੀਨੇ ਰਹੇ, ਕੰਮ ਕਰਦੇ ਰਹੇ। ਨਾਂ ਬਦਲ ਕੇ ਰਹੇ ਫਿਰ? ਨਾ ਨਾ, ਕੁਛ ਨਹੀਂ। ਕਲਮਾ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਵੀ ਨਾ? ਹਾਂ, ਬਹੁਤ ਜ਼ਿੰਮੇਵਾਰੀ ਨਿਭਾਈ, ਨੇਕੀ ਨਾਲ। ਉਹ ਦੂਜਿਆਂ ਨੂੰ ਸਮਝਾਇਆ ਸੀ ਚੋਟੋ ਅਸੀਂ ਤੇਲ ਕਿੱਥੋਂ ਇਸਤੇਮਾਲ ਕਰਨਾ, ਇਹਨੂੰ ਕੁਛ ਨਹੀਂ ਕਰਨਾ। ਉਹਨੇ ਤਾਂ ਉਹਨਾਂ ਨੂੰ ਤੇ ਅਟਕਲ ਨਾਲ ਗੱਲ ਸਮਝਾਈ, ਤਾਂ ਆਪ ਖੁਦਾ ਤਰਸ ਬੰਦਾ ਸੀ। ਰੱਬ ਸੀ ਨਾ ਉਹਦੇ ਦਿਲ ਚ, ਬਸ ਉਹਦੇ ਰੱਬ ਹੁੰਦਾ ਹੀ ਦਿਲ ਚ। ਸਾਡੀ ਜ਼ਿੰਦਗੀ ਬਾਕੀ ਸੀ, ਸਬਬ ਬਣਾਉਣ ਵਾਲਾ ਆਪ ਸੀ, ਆਪ ਸੀ। ਇਹ ਤੁਹਾਨੂੰ ਫਿਰ ਸਾਰੀ ਤਫਸੀਲ ਤੁਹਾਡੀ ਅੰਮੀ ਸੁਣਾਉਂਦੀ ਰਹੀ ਹੁਣ। ਕਦੋਂ ਮੈਂ ਤਾਂ ਇੱਧਰ ਆਏ ਨਾ, 3 ਕੁ ਮਹੀਨੇ ਬਾਅਦ ਚ ਵਾਲਦਾ ਗੁਜ਼ਰ ਗਈ। ਅੱਛਾ ਅੱਛਾ ਅੱਛਾ, ਉਹਨੇ ਬੜੀਆਂ ਪਰੇਸ਼ਾਨੀਆਂ ਜੋ ਵੇਖੀਆਂ। ਉਹ ਮੈਨੂੰ ਕਹਿੰਦੇ ਜਦੋਂ ਇਲਾਜ ਮੁਆਵਜ਼ੇ ਕਰਾਏ ਨਾ, ਇਹ ਕੋਈ ਬੰਨਣ ਉਹ ਭੈਣ ਚੋ ਕਰਦੇ ਹੁੰਦੇ ਸੀ। ਅੱਛਾ, ਉਹ ਫਲਾਨੀ ਰਾਤ ਘਰ ਨਹੀਂ ਰਹਿਣਾ, ਬਾਹਰ ਰਹਿਣਾ, ਬੜੀਆਂ ਮੁਸੀਬਤਾਂ। 3-4 ਤਬੀਤ ਜੇ ਮੇਰੇ ਗੱਲ ਚ ਹੁੰਦੇ ਸੀ। ਉਹਨੂੰ ਸੀਗੀ ਵੀ ਪੁੱਤ ਭੱਜ ਜਾ, ਸਿੱਧਾ ਜਮਾਨਾ ਸੀ, ਸਿੱਧਾ ਜਮਾਨਾ। ਤੇ ਤੁਹਾਡੀ ਅੰਮੀ ਫਿਰ ਜਲਦੀ ਫੌਤ ਹੋ ਗਈ, ਜਵਾਨ ਹੀ ਹੋਣੀ ਹਜੇ? ਨਹੀਂ, ਮੈਂ 3 ਮਹੀਨਿਆਂ ਦੇ ਵਿੱਚ ਵਿੱਚ ਆ ਕੇ ਨਾ ਸਾਹੀਵਾਲ ਸਾਡਾ ਇੱਕ ਸਰਮਤ, ਤੁਸੀਂ ਸਰਮਤ ਬਸ ਅਸੀਂ ਗੱਲ ਕਰਨੀ, ਤੁਸੀਂ ਛੱਡੋ ਪਾਣੀ। ਨਹੀਂ ਨਹੀਂ, ਹੋ ਗਿਆ ਪਾਣੀ, ਤੁਸੀਂ ਬਸ ਗੱਲਾਂ ਜ਼ਰੂਰੀ ਹੈ। ਉਹ ਭਾਈ ਨਾ, ਹਾਂ, 3 ਕੁ ਮਹੀਨੇ ਬਾਅਦ ਗੁਜ਼ਰ ਗਏ, ਸਾਡਾ ਇੱਕ ਖਾਡੂ ਸੀਗਾ ਭੁੱਖ ਮਰਦਿਆਂ ਮਜ਼ਦੂਰੀ ਕਰਨ ਵਾਸਤੇ, ਚਲੋ ਯਾਰ ਬਾਹਰ ਨੂੰ, ਉਹ ਆ ਗਿਆ ਇੱਧਰ ਸਾਂਦਲ ਬਾਹਰ, ਨੀਲੀ ਬਾਹਰ, ਨਹੀਂ ਚੀਚਾ ਵਟਣੀ ਜ਼ਮੀਨ ਚੰਨੂ ਦਰਮਿਆਨ ਜੇ ਕਸੋਵਾਲ ਜਗ੍ਹਾ, ਕਸੋਵਾਲ ਹੈਗਾ, ਅਸੀਂ ਉੱਥੇ ਰਹੇ। ਠੀਕ, ਉਹਨਾਂ ਦੀ ਵਜ੍ਹਾ ਨਾਲ ਉੱਥੇ ਆ ਗਿਆ, ਨਾਨਕੇ ਵੀ ਮੇਰੇ ਤੇ ਅਸੀਂ ਵੀ।
ਤੇ ਉਹ ਪਹਿਲਾਂ ਤਾਂ ਇੱਥੇ ਸੀ ਜਾਣੀ ਉਹ ਤਾਂ 30 ਸਾਲ ਹੋ ਗਏ ਸੀ ਉਹਦੇ ਬੱਚੇ ਜਵਾਨ ਹੋ ਗਏ ਉਹਨਾਂ ਦੇ ਜੋ ਉਹ ਗਏ ਆ ਨਾ ਜੈਕ ਕਰਾੜ ਉਹਨਾਂ ਬੜੀਆਂ ਮਾਲ ਮੱਡੀਆਂ ਗੱਡੀਆਂ ਉਹ ਜਵਾਨ ਹੋ ਗਏ ਸਾਡਾ ਸੀ ਉਹ ਖਾਲੂ ਤੇ ਸੀਗਾ ਬੜਾ ਦਰਵੇਸ਼ ਤੇ ਅੱਛਾ ਬੰਦਾ ਪੰਜ ਮਗਰਾਂ ਨਮਾਜ਼ੀ ਸੀ ਉਹਨੇ ਆਖਿਆ ਜਿਹੜੀ ਮੱਡੀ ਇਕੱਠੀ ਕੀਤੀ ਨਾ ਇਹ ਹਜ਼ਮ ਨਹੀਂ ਹੋਣੀ ਤੁਹਾਨੂੰ ਏਦਾਂ ਕਰੋ ਇਹਦੇ ਚੋਂ ਹਿੱਸਾ ਕੱਢੀ ਜਾਓ ਖੋਦੀ ਜਾਓ ਉਹ ਤਾਂ ਬਹੁਤ ਖਰੈਦ ਕਰਦਾ ਸੀ ਆਏ ਜਾਂਦੇ ਮੁਸਾਫਰ ਨੂੰ ਸੱਟ ਲੈਣਾ ਰੋਟੀ ਖਿਲਾ ਪਾਣੀ ਖਿਲਾ ਕਿਆ ਦੁਲਾ ਬੰਦਾ ਸੀ ਤੁਸੀਂ ਕਿੱਥੇ ਰਹਿਣ ਵਾਲੇ ਆ ਮੇਰਾ ਨਾ ਜੀ 304 ਚੱਕ ਹੈ ਇਹ ਜਵੇਦ ਨਗਰ ਮੈਂ ਗੁੱਜਰ ਹਾਂ ਤੁਸੀਂ ਗੁੱਜਰ ਬਣਾ ਲਿਆ ਹਾਂਜੀ ਹਾਂ ਤੇ ਉਹ ਹਲਕਾ ਤਾਂ ਮੇਰੇ ਕੋਲ ਸਭ ਤੋਂ ਜ਼ਿਆਦਾ ਉਹ ਹਲਕਾ ਰਿਹਾ ਅਸੀਂ ਸਨ 83 ਚ ਆਏ ਹਾਂ ਅਸੀਂ ਡਿਸਕੋਟ ਰਹਿੰਦੇ ਸੀ ਇੱਕ ਜਗ੍ਹਾ ਤੇ ਇੱਧਰ ਜਿਹੜੇ ਬੁੱਟਰ ਹੈ ਨਾ 95 ਬੁੱਟਰ ਸਰਦਾਰ ਬੁੱਟਰ ਹੁੰਦਾ ਸੀ ਹਾਂ ਹਾਂ ਮਾਰ ਗਿਆ ਇਹ ਜਨਾਬ ਸਾਰਾ ਹੀ ਨਾ ਇੱਥੋਂ ਕਮਰਜਾ ਬੋਜਾ ਤੋਂ ਕਾਰੀਬਾਰ ਤੱਕ ਸਾਰਾ ਹਲਕਾ ਮੇਰੇ ਕੋਲ ਮਜੀਦ ਗੁੱਜਰ ਹੁੰਦਾ ਸੀ ਹਾਜੀ ਮਜੀਦ ਉਹਦਾ ਬੋਰ ਸੀ ਉਹ ਚੱਕ ਸਭ ਕੁਛ ਦਰਸ ਬਣਾਇਆ ਉਹਨੇ ਸਾਰੇ ਸਾਡੇ ਬਾਕਤ ਸਨ ਇਹ ਗੁੱਜਰ ਸਾਰੇ ਹੁਸ਼ਿਆਰਪੁਰ ਦੇ ਤੁਹਾਡੇ ਜ਼ਿਲ੍ਹੇ ਦੇ ਇੱਥੇ ਤੁਹਾਡੀ ਵਾਲੀ ਬੋਲੀ ਬੋਲਦੇ ਵੀ ਬੰਦੇ ਹੈਗੇ ਸੀ ਤੁਹਾਡੇ ਬਰਾਦਰ ਉਹ ਵੀ ਹੁਸ਼ਿਆਰਪੁਰੀਏ ਸੀ ਹੁਸ਼ਿਆਰਪੁਰੀਏ ਹੀ ਬੈਠੇ ਆ ਇੱਥੇ ਲਈਏ ਚ ਗੁੱਜਰ ਜਿਹੜੇ ਆ ਨਾ ਜੀ ਉਹਨਾਂ ਇੱਕ ਭਾਈ ਦਾ ਮੈਂ ਨਾਂ ਭੁੱਲ ਗਿਆ ਉਹ ਲਈ ਔਲਾਦ ਕੋਈ ਨਹੀਂ ਸੀਗੀ ਅੱਛਾ ਇਸੇ ਪਾਸੇ ਰਕਬਾ ਹੈਗਾ ਸੀ ਉਹਦਾ ਅੱਛਾ ਔਲਾਦ ਕੋਈ ਨਹੀਂ ਸਾਡੇ ਜਵਾਈ ਕਰੇ ਕੇ ਪਤੀ ਜਾ ਅੱਛਾ 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 ਮੁਹੰਮਦ ਸੈਨ ਸੋਰੀ ਮੁਹੰਮਦ ਸੈਨ ਬਹੁਤ ਹੋ ਗਿਆ ਹੁਣ ਉਹਦਾ ਦਮਾਦ ਹੈ ਇੱਥੇ ਰਹਿੰਦਾ ਰਕਬਾ ਉਹਦਾ ਹੈਗਾ 60-70 ਕਿੱਲੇ ਅੱਛਾ ਨਾ ਭੁੱਲ ਗਿਆ ਮੁਹੰਮਦ ਸੈਂਸ ਬਹੁਤ ਚੰਗਾ ਬੰਦਾ ਹਾਂਜੀ ਟੋਡਰਪੁਰ ਦਾ ਸੀ ਅੱਛਾ ਤੁਹਾਡਾ ਪਿੰਡ ਫਿਰ ਸਿੱਖ ਪਿੰਡ ਦਾ ਨਾਂ ਨਹੀਂ ਸੀ ਲੈਂਦੇ ਆਹੋ ਨਾਂ ਰੱਖਿਆ ਬਸ ਕੁਛ ਹੋਰ ਨਾ ਸੁਖੋ ਤੁਹਾਨੂੰ ਯਾਦ ਨਹੀਂ ਕੀ ਨਾਂ ਸਾਦੇ ਸੀ ਪਤਾ ਨਹੀਂ ਫਰਕ ਨੌਵੀ ਨਾਂ ਵੀ ਇਹੋ ਜਿਹਾ ਨਾਂ ਰੱਖ ਉੱਥੇ ਗੁਜਰਾਂ ਦੇ ਘਰ ਜਾ ਰਿਹਾ ਸੀ ਹੁਸ਼ਿਆਰਪੁਰੀ ਗੁਜਰ ਹਾਂ ਹਾਂ ਤੇ ਸਾਡੇ ਵੀ ਘਰ ਸੀਗੇ ਹੋਰ ਵੀ ਹੋਣੇ ਕੁਨਬੇ ਦੇ ਸਾਡੇ ਦੇ ਘਰ ਤੁਹਾਡੇ ਅਸੀਂ ਗੁੱਜਰ ਬਰਾਰੀ ਚ ਤੁਸੀਂ ਰਲ ਕੇ ਰਹੇ ਰਲ ਕੇ ਰਹੇ ਸਾਡੇ ਵਡੇਰੇ ਜਿਹੜੇ ਠੀਕ ਆ ਉਹ ਨਾ ਫਿਰ ਆ ਗਏ ਉਹ ਹੈਗੇ ਹੁਣ ਡੇਰਾ ਗੁਜਰਾਂ ਦਾ ਬਚਦਾ ਬਾਲੀ ਕੇ ਮੇਰੇ ਉਹ ਪਿੰਡ ਦੇ ਜਿਹੜੇ ਨਾ ਉੱਥੇ ਆ ਮੇਰੇ ਵਾਲਡ ਨੇ ਕਾਗਜ਼ ਕੁਗਜ਼ ਉਹਨਾਂ ਦੇ ਤੇ ਵੀ ਮੇਰੀ ਵੀ ਜ਼ਮੀਨ ਪਵਾ ਲਿਓ ਅੱਛਾ ਥੋੜੀ ਬਹੁਤੀ ਜਿਹੜੀ ਇੰਡੀਆ ਦੀ ਸੀ ਉਹਨਾਂ ਨੇ ਪਵਾਈ ਫਿਰ ਪਵਾਈ ਅੱਲਾ ਜਾਣੇ ਫਿਰ ਮੇਰਾ ਵਾਲਡ ਗੁਜ਼ਰ ਗਿਆ ਮੈਂ ਇੱਕ ਵਾਰੀ ਗਿਆ ਉਹ ਲੱਭਿਆ ਹੀ ਨਹੀਂ ਘਰ ਮੈਨੂੰ ਉਹ ਪਟਵਾਰੀ ਖਰੇ ਲੱਗਾ ਵਾ ਸੀ ਸਾਨੂੰ ਅਸੀਂ ਮੈਂ ਮਜ਼ਦੂਰ ਗਰੀਬ ਬੰਦਾ ਸੀ ਮੈਂ ਪਿੱਛਾ ਹੀ ਨਹੀਂ ਕੀਤਾ ਅੱਛਾ ਉਹਨਾਂ ਨੇ ਤੁਹਾਨੂੰ ਤਲਾਹ ਦਿੱਤੀ ਵੀ ਜ਼ਮੀਨ ਪਵਾ ਲਈ ਹੈ ਉਹਨਾਂ ਕਿੱਥੇ ਦਿੱਤੀ ਮੇਰਾ ਵਾਲਡ ਕਾਗਜ਼ ਦੇ ਗਿਆ ਬਾਅਦ 'ਚ ਗੁਜ਼ਰ ਗਿਆ ਸਨ 63 ਵਾਰ ਗੁਜ਼ਰ ਗਿਆ ਵਾਹ ਵਾਹ ਹੋ ਜੀ ਬਹੁਤ ਸੋਹਣੀਆਂ ਗੱਲਾਂ ਹੋਈਆਂ ਤੁਹਾਡੇ ਨਾਲ ਮੈਂ ਦੇਖਿਆ ਹੁੱਕੇ ਤੇ ਬੈਠੇ ਹਾਂ ਮੈਂ ਗਾਣਾ ਵਾੜੀ ਲਾਓ ਮੈਂ ਲਾਵਾਂ ਜੀ ਆਹ ਬੰਦ ਕਰ